ਵੱਡੀ ਖਬਰ ਮੋਹਾਲੀ ਦੇ ਨਿਆ ਗਾਉਂ ਤੋਂ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 30 ਸਾਲਾ ਵਿਅਕਤੀ ਪੀਜੀਆਈ ਕਮਿਊਨੀਕੇਬਲ ਡਿਸੀਜ਼ ਵਾਰਡ 'ਚ ਕੰਮ ਕਰਦਾ ਸੀ ਤੇ ਅੱਜ ਇਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਤੇ इस व्यक्ति के नाल संबंधित लोगों की प्रशासन वालों जांच शुरू कर दी है। जिक्रयोग है कि पंजाब के विच अज पॉजिटिव मरीजों की गिनती 200 तो पार हो चुकी है। चंडीगढ़ तो अंकुश शर्मा, दैनिक सवेरा टीवी।